ਨੌਜਵਾਨ ਮੈਂ ਰਮਨਦੀਪ ਸਟਾਰ ਕਲੈਕਸ਼ਨ ਐਂਟੀਕ ਤੇ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ। ਅੱਜ ਦੀ ਜਿਹੜੀ ਮੈਂ ਵੀਡੀਓ ਲੈ ਕੇ ਆਈ ਹਾਂ ਨਾ, ਉਹ ਮੈਂ ਸੂਟ ਨਹੀਂ ਲੈ ਕੇ ਆਈ ਹੈਗੀ, ਓਨਲੀ ਪ੍ਰਿੰਟਡ ਸੂਟ ਹੋਣਗੇ। ਸਟਿਚਿੰਗ ਦਿਖਾਉਣੀ ਹੈ ਮੈਂ ਤੁਹਾਨੂੰ, ਥੋੜ੍ਹੀ ਪ੍ਰਿੰਟ ਦੇ ਉੱਤੇ ਜਿਵੇਂ ਲੇਸਿਸ ਐਡ ਕਰਕੇ ਕੁਛ ਡਿਜ਼ਾਈਨਰ ਲੁੱਕ ਦਿੱਤੀ ਆ, ਉਹਨਾਂ ਨੂੰ ਦਿਖਾਊਂਗੀ, ਉਹ ਡਿਜ਼ਾਈਨ ਦਿਖਾਊਂਗੀ। ਸਟਿਚ ਹੋਏ ਹੋਏ ਸੂਟ ਕੁਛ ਗੰਗਾ ਬ੍ਰਾਂਡ ਦੇ ਸੀ, ਕੁਛ ਜੋਰਜੈਟ ਦੇ ਸੀ, ਇਸ ਤਰ੍ਹਾਂ ਦੇ ਜਿਹੜੇ ਸਟਿਚਿੰਗ ਕੀਤੀ ਆ 5-7 ਪੀਸ ਓਨਲੀ, ਉਹ ਮੈਂ ਤੁਹਾਨੂੰ ਜ਼ਰੂਰ ਸਟਿਚਿੰਗ ਦਿਖਾਊਂਗੀ। ਠੀਕ ਆ ਜੀ, ਫਸਟ ਜੋ ਕਿ ਮੈਂ ਦਿਖਾ ਰਹੀ ਹਾਂ, ਤੁਸੀਂ ਦੇਖਿਆ ਹੋਇਆ ਪੀਸ ਸਾਰਿਆਂ ਨੇ, ਗੰਗਾ ਬ੍ਰਾਂਡ ਦਾ ਸੀ ਜੋ ਕਿ ਮੈਂ 550 'ਚ ਪਾਇਆ ਸੀ, ਕਿਉਂਕਿ ਆਪਾਂ ਨੋਰਮਲ ਸੂਟਾਂ ਨੂੰ ਵੀ ਕੱਚੀ ਉਹ ਦੇ ਸਕਦੇ ਹੋ ਸਟਿਚਿੰਗ ਦੇ ਨਾਲ ਨਾਲ ਫਿਨਿਸ਼ਿੰਗ, ਇਸ ਤਰ੍ਹਾਂ ਸੀ। ਗੰਗਾ ਵੈਸੇ ਹੀ ਬਹੁਤ ਸੁਪੀਰੀਅਰ 'ਚ ਹੁੰਦਾ, ਤੁਹਾਨੂੰ ਪਤਾ ਹੀ ਹੈ ਕੁਆਲਿਟੀ ਵਾਈਜ਼। ਇਹ ਸਾਰੀ ਅਸੀਂ ਪ੍ਰਿੰਟ ਸੀ, ਇਹ ਸ਼ਰਟ ਪ੍ਰਿੰਟ ਪਲੇਨ ਬੋਟਮ। ਠੀਕ ਆ ਜੀ, ਜਿਹੜਾ ਸ਼ਰਟ ਅਸੀਂ ਡਿਜ਼ਾਈਨ ਕੀਤੀ ਉਹ ਸਾਰੀ ਇਸ ਤਰ੍ਹਾਂ ਸੀ, ਬੜੀ ਅੱਛੀ ਲੇਸ ਦੇ ਨਾਲ ਡਿਜ਼ਾਈਨ ਕਰਤੀ, ਕਿਉਂਕਿ ਕਾਫੀ ਡਿਮਾਂਡ ਆ ਰਹੀ ਸੀ। ਮੈਮ ਇਹਨਾਂ ਦੇ ਸਟਿਚਿੰਗ ਹੋਏ ਵੀ ਸਾਨੂੰ ਕੁਛ ਦਿਖਾਇਓ, ਇਹ ਕੱਟ ਲਗਾ ਕੇ ਜਿਹੜੀ ਅਸੀਂ ਪਾਈਪਿੰਗ ਵੀ ਦਿੰਦੇ ਹੁੰਦੇ ਹਾਂ, ਅਤੇ ਇਹ ਅਸੀਂ ਲੇਸ ਐਡ ਕੀਤੀ ਆ, ਗੁੰਮ ਦੇ ਵਿੱਚ ਲੇਸ ਐਡ ਕੀਤੀ ਆ ਸਾਰੀ ਫਰੰਟ ਪ੍ਰਿੰਸੈਸ ਲਾਈਨ ਦੇ ਵਿੱਚ। ਅਤੇ ਸੇਮ ਅਸੀਂ ਸਲੀਵਸ 'ਤੇ ਲੈਸ ਦਿੱਤੀ, ਇੱਕ ਅੱਛਾ ਡਿਜ਼ਾਈਨਰ ਪੀਸ ਬਣ ਜਾਂਦਾ, ਸੋਬਰ ਪੀਸ ਬਣ ਜਾਂਦਾ। ਇਹ ਕਲਾਇੰਟ ਨੇ ਸਾਨੂੰ ਨਾਲ ਹੀ ਕਿਹਾ ਸੀ ਕਿ ਦੁਪੱਟੇ ਵੀ ਰੈਡੀ ਕਰਿਓ। ਠੀਕ ਆ ਜੀ, ਪਿਓਰ ਦੇ ਵਿੱਚ ਅਸੀਂ ਦੁਪੱਟੇ ਰੈਡੀ ਕੀਤੇ ਨੇ ਨਾਲ, ਇਸ ਤਰ੍ਹਾਂ ਦੇ ਹਲਕੇ ਫੁਲਕੇ ਸੂਟਾਂ ਨੂੰ ਇੱਕ ਅੱਛੀ ਡਿਜ਼ਾਈਨਰ ਲੁੱਕ ਦੇ ਦਿੰਦੇ ਆ, ਪਰ ਇੱਕ ਬਹੁਤ ਅੱਛੀ ਗ੍ਰੇਸਫੁੱਲ ਲੁੱਕ ਨਿਕਲ ਕੇ ਆਉਂਦੀ ਆ, ਔਰ ਸਮਰ ਦੇ ਅਕੋਰਡਿੰਗ ਹਲਕੇ ਫੁਲਕੇ ਵੀ ਹੁੰਦੇ ਆ ਅਤੇ ਬਹੁਤ ਅੱਛੇ ਵੀ ਹੋ ਜਾਂਦੇ ਆ। ਨੈਕਸਟ ਜੋ ਕਿ ਮੈਂ ਦਿਖਾਊਂਗੀ, ਇਹ ਆਲ ਓਵਰ ਜੋਰਜਟ ਦੇ ਉੱਪਰ ਆ, ਆਲ ਓਵਰ ਪ੍ਰਿੰਟ ਆ ਇਹ, ਕਾਫੀ ਟੋਨ ਤੇ ਬਰਾਊਨਿਸ਼ ਤੇ ਦੇਖ ਸਕਦੇ ਹੋ ਤੁਸੀਂ, ਜਿਹੜਾ ਪ੍ਰਿੰਟ ਦੇ ਵਿੱਚ ਵਾਈਟ ਆਫ ਵਾਈਟ ਆ, ਇਹਦੀ ਅਸੀਂ ਸੇਮ ਟੋਨ ਲੈਸ ਜੀ ਦਿੱਤੀ। ਠੀਕ ਆ ਜੀ, ਸਾਰੀ ਉੱਪਰ ਚੌਕਸ ਨੂੰ ਵੀ ਲੈਸ ਦਿੱਤੀ ਅਸੀਂ। ਠੀਕ ਆ ਜੀ, ਫਰੰਟ ਪਲੱਸ ਬੈਕ ਵੀ ਘੇਰੇ ਤੇ ਲੇਸ ਐਡ ਕਰਕੇ ਅਸੀਂ, ਔਰ ਨੈਕ ਰੈਡੀ ਕੀਤੀ ਆ ਇਹਦੀ, ਜੋ ਕਿ ਲੇਸ ਦੇ ਨਾਲ ਨਾਲ ਇੱਕ ਨੈਕ ਰੈਡੀ ਕੀਤੀ ਆ ਵਿਦ ਬਟਨਸ ਦੇ ਕੇ, ਦੇਖ ਸਕਦੇ ਹੋ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਹੀ ਸਲੀਵਸ ਰੈਡੀ ਕੀਤੀਆਂ ਨੇ। ਠੀਕ ਆ ਜੀ, ਇੱਕ ਹਲਕੇ ਫੁਲਕੇ ਸੂਟ ਨੇ ਔਰ ਡਿਜ਼ਾਈਨਰ ਲੁੱਕ ਦਿੱਤੀ, ਇਹ ਬੋਟਮ ਰੱਖੀ ਇਹਦੇ ਨਾਲ ਕਸਟਮਰ ਚੁਆਇਸ ਸੀ, ਔਰ ਦੁਪੱਟਾ ਵੀ ਬੜੀ ਅੱਛੀ ਫਿਨਿਸ਼ਿੰਗ ਦੇ ਨਾਲ ਡਾਈ ਕਰਾ ਕੇ ਸੇਮ ਕਲਰ ਦਾ ਵਿਦ ਲੇਸ ਦੇ ਨਾਲ ਇਸ ਤਰ੍ਹਾਂ ਡਿਜ਼ਾਈਨ ਕਰਵਾ ਲਿਆ। ਤੁਹਾਨੂੰ ਮੈਂ ਦਿਖਾ ਰਹੀ ਹਾਂ ਕਿਉਂਕਿ ਮੈਸੇਜ ਆ ਰਹੇ ਸੀ, ਮੈਮ ਤੁਸੀਂ ਇੱਕ ਵੀਡੀਓ ਲੈ ਕੇ ਆਇਆ ਕਰੋ ਸਟਿਚਿੰਗ ਦੀ, ਜੋ ਕਿ ਹਲਕੇ ਫੁਲਕੇ 'ਤੇ ਵੀ ਡਿਜ਼ਾਈਨ ਕਰ ਦਿਓ। ਬੁਟੀਕ ਪੀਸ ਤਾਂ ਅਸੀਂ ਓਨਲੀ ਸੇ ਕਰਦੇ ਹੀ ਕਰਦੇ ਹਾਂ ਰੈਡੀ, ਅਤੇ ਹਲਕੇ ਫੁਲਕੇ ਵੀ ਸਮਰ ਦੇ ਅਕੋਰਡਿੰਗ ਹੁਣ ਕਰਦੇ ਹਾਂ। ਨੈਕਸਟ ਇਹ ਵੀ ਗੰਗਾ ਬ੍ਰਾਂਡ ਦਾ, ਤੁਸੀਂ ਦੇਖਿਆ ਹੋਇਆ ਵੀਡੀਓ 'ਚ ਪੀਸ, ਕਾਫੀ ਵਾਰੀ ਮੈਂ ਪਾਉਂਦੀ ਰਹਿੰਦੀ ਹਾਂ, ਇਹਨਾਂ ਦੇ ਤੁਸੀਂ ਆਰਡਰ ਦੇ ਸਕਦੇ ਹੋ। ਇਹ ਵੀ ਸਾਡੇ ਕੋਲ ਪੀਸ ਅਵੇਲੇਬਲ ਨੇ ਇਸ ਟਾਈਮ, ਅਨ ਸਟਿਚ ਵੀ ਲੈ ਸਕਦੇ ਹੋ, ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ। ਠੀਕ ਆ ਜੀ, ਇਹਦੇ ਅਸੀਂ ਵਿੱਚ ਪੱਟੀ ਦੇ ਕੇ ਇਸ ਤਰ੍ਹਾਂ ਸੇਮ ਕਲਰ ਦੀ ਪੱਟੀ ਦੇ ਕੇ ਇਸ ਤਰ੍ਹਾਂ ਕਸਟਮਰ ਚੁਆਇਸ ਹੀ ਕੱਟ ਰੱਖਿਆ। ਠੀਕ ਆ ਜੀ, ਕੱਟ ਰੱਖਣ ਦੇ ਨਾਲ ਨਾਲ ਉੱਪਰ ਅਸੀਂ ਪੱਟੀ ਦੇ ਉੱਪਰ ਵਾਈਟ ਬਟਨ ਦੇ, ਜੋ ਕਿ ਇਹਦੇ ਵਿੱਚ ਫਰੋਜੀ ਦੇ ਵਿੱਚ ਵਾਈਟ ਪ੍ਰਿੰਟ ਆ ਵਿਦ ਸਲੀਵਸ, ਇਸ ਤਰ੍ਹਾਂ ਅਸੀਂ ਕੁੜਤਾ ਸਟਾਈਲ ਰੈਡੀ ਕੀਤਾ, ਜਿਵੇਂ ਅੱਜ ਕੱਲ੍ਹ ਪਾਕਿਸਤਾਨੀ ਸਟਾਈਲ ਚੱਲਦੇ ਆ ਉਹੀ ਕੁੜਤਾ ਸਟਾਈਲ ਰੈਡੀ ਕੀਤਾ। ਵਿਦ ਪਲਾਜ਼ੋ ਰੱਖਿਆ, ਪਲਾਜ਼ੋ ਦੀ ਜਿਹੜੀ ਮੂਰੀ ਬਣਾਈ ਅਸੀਂ ਸਾਰੀ ਟੈਟਰਨ ਦੇ ਨਾਲ, ਸਾਰੀ ਫਿਨਿਸ਼ਿੰਗ ਦੇ ਨਾਲ ਕੱਟ ਵਰਕ ਸਟਾਈਲ ਬਣਾਈ ਆ ਸਾਰੀ। ਠੀਕ ਆ ਜੀ, ਮੂਰੀ ਹਾਰਡ ਬਣਾਈ ਆ ਵਿੱਚ ਟੈਟਰਨ ਪਾ ਕੇ। ਠੀਕ ਆ ਜੀ, ਕੱਚੀ ਲੁੱਕ ਦੇ ਸੂਟ ਰੈਡੀ ਹੋ ਗਏ। ਨੈਕਸਟ ਇੱਕ ਆਲ ਓਵਰ ਪ੍ਰਿੰਟ ਆ ਇਹ, ਮਸਲੀਨ ਪ੍ਰਿੰਟ, ਇਸ ਤਰ੍ਹਾਂ ਦੇ ਵੀ ਸਾਡੇ ਕੋਲ ਅਵੇਲੇਬਲ ਹੁੰਦੇ ਨੇ ਪ੍ਰਿੰਟ। ਮੂਰੀ ਦੀ ਪੌਂਚੇ ਦੀ ਫਿਨਿਸ਼ਿੰਗ ਦੇਖ ਸਕਦੇ ਹੋ, ਐਂਡ ਇਸ ਤਰ੍ਹਾਂ ਸੀ ਹਲਕੇ ਨੈਕਸਟ ਜਿਹੜਾ ਮੈਂ ਦਿਖਾਊਂਗੀ ਇਹ ਅਸੀਂ ਪ੍ਰੋਪਰ ਲਾਈਨਿੰਗ ਦੇ ਨਾਲ ਕੀਤਾ, ਮਸਲੀਨ ਸੂਟ ਆ ਇਹ, ਕਿਉਂਕਿ ਮਸਲੀਨ ਨੂੰ ਫਿਰ ਲਾਈਨਿੰਗ ਦੀ ਨੀਡ ਪੈਂਦੀ ਹੈ, ਅਸੀਂ ਪ੍ਰੋਪਰ ਲਾਈਨਿੰਗ ਲਾ ਕੇ ਸਟਿਚ ਕੀਤਾ ਇਹ ਪੂਰਾ ਲੇਸਿਸ ਦੇ ਨਾਲ। ਸੀ ਗ੍ਰੀਨ ਫਰੋਜੀ ਦੇ ਵਿੱਚ ਗ੍ਰੀਨ ਮਹਿੰਦੀ ਗ੍ਰੀਨ ਪ੍ਰਿੰਟ ਆ, ਉਹੀ ਪ੍ਰਿੰਟ ਨੂੰ ਅਸੀਂ ਕੀਤਾ।
क्योंकि प्रिंट सूटों भी बहुत अच्छी डिजाइनिंग दे के एक स्टाइल जहा बहुत अच्छा बन जाता सूट का, ग्रेसफुल सूट बन जाता। ठीक है जी, ये आ गई बॉटम, सेम ही दुपट्टा रेडी किया इस तरह से। अगों भी कोशिश करा थोड़ा हर डिजाइन थोड़े अगे लग के आई असं वीडियो राही जो भी रेडी करते हैं। नैक्सट भी गंगा ब्रांड का ही सूट आ, मसलीन का सूट, मसलीन की बॉटम से यदि जयपुरी प्रिंट दे विच यदि तुसी नैक एंड स्लीव्स देख सकते हो, पूरे मिक्स एंड मैच करके असी ये बिद असी लेसिस दिती है पूरी मैच कर दी, बिद हाईलाइट किया जिमें बॉटम का फैब्रिक आ डार्क कलर दे विच, वही हाईलाइटिंग एक होर लेस दे नाल ऐड कर लिया। ठीक है, नैक बहुत अच्छी फिनिशिंग ने रेडी होगी, बिद पाइपिंग देती असी हॉट पिंक कलर नाल, बिद लेस डबल लेस इतने स्लीवस से भी डबल लेस लगाई है। ठीक है जी, हल्के फुलके सूट ने एक डिजाइन बहुत अच्छे रेडी हो जाते हैं, ये ग्रेस होर भी निकल के आती है सूटा की, हल्के फुलके डिजाइन भी बहुत अच्छे रेडी हो जाते हैं। मैं तुम एक होर शो कराऊंगी, ये ऑल ओवर सूट आ जाम दे विच, ये असी बनाया जोग दे विच फ्रॉक। ठीक है जी, स्टेट फ्रॉक दे नाल ये भी उसी पूरे 5 मीटर चो ही असी कट रेडी करती नॉर्मल, ये प्रिंसेस प्लेट दे के क्योंकि ये फिनिशिंग अच्छी आ जाती है, तो बिद असी ग्रीन लेस लगाई, ब्लू प्रिंट भी है, ब्लू भी लगा सकते सी पर ब्लू असी दुपट्टा रखना सी इसलिए असी ग्रीन लेस की है क्योंकि सेम ही लेस फिर असी दुपट्टे ते करनी सी, सेम स्लीवस ते दिती है एंड सेम ही फ्रॉक दे घेरे ते दिती है, देख सकते हो घेरा भी पूरा फिनिशिंग किया लेस दे नाल, विद प्लाजो ये रखिया सी कस्टमर चॉइस से सिंपली प्लाजो बनाया एंड दुपट्टा देख सकते हो पूरी फिनिशिंग दे नाल दुपट्टा रेडी किया। ये जो मैं दिखा रही हूँ प्लेन ये भी साढ़े बुटीक आर्टिकल ने डाइवल स्टफ तो ही किए असी रेडी है सिल्क के उपर, देख सकते हो तुसी प्लेन शर्ट होएगी और डिजाइनिंग तुसी देखो कितनी अच्छी बन गई है, पर इहदा काम थोड़ा बाकी सी शर्ट दी रेडी सी प्रॉपर जिहड़ी असी यह लाई है लगा के फैब्रिक ये दुपट्टे एंड प्लाजो का फैब्रिक रखिया। ठीक है जी, उहनूं असी विच पाइपिंग पूरी फिनिशिंग ना दे के 2 लेयर दे विच असी लगा के नैक रेडी करती, विद गोल्डन असी पाइपिंग देती पूरी फिनिशिंग दे नाल एंड स्लीवस जिहड़ी कीती है वह भी असी इस तरह से रखी एक लेयर दे विच पूरी। ठीक है जी, पूरी प्लेट्स दे नाल सूट रेडी किया एंड घेरा भी पूरी फिनिशिंग दे नाल असी पेस्टिंग करके प्रॉपर लगाया है। ठीक है जी, लुक भी अच्छी आ जाए तो फिनिशिंग भी अच्छी आ जाए, ये ओनली शर्ट तुसी इस तरह के डिजाइन साढ़े तो रेडी करवा सकते हो, कस्टमाइज करा सकते हो प्रॉपर वर्क दे नाल लेसिस दे नाल, एक डिजाइनर लुक हल्के फुलके सूट जिदा मर्जी कस्टमाइज कराने लई ऑर्डर दे सकते हो, मोस्ट वेलकम। ठीक है जी, ये शर्ट से प्रॉपर सूट रेडी हो जाए मैं फिर भी लैके आऊँगी वीडियो। नैक्सट एक मैं दिखाऊँ ये भी जॉर्जेट से रेडी किया, इस तरह के स्टफ भी मेरे को अवेलेबल होंगे ने, तुम स्क्रीनशॉट लैके भी मैं ऑर्डर दे सकते हो इन्हों। ठीक है जी, ये भी तुम मेरे तो वाइट भी देख सकते हो, कलर भी जोड़ा मर्जी अपनी चॉइस के अकॉर्डिंग डिजाइन भी होर लै सकते हो, ये जॉर्जेट का सारा ये प्रॉपर वर्क हैगा ही सी थ्रैड वर्क का सारा थ्रैड एंड जरी का, असी बस लाइनिंग दे के प्रॉपर तरीके दे नाल सेम उन्होंने इस तरह की पिंक ही बॉटम चाहिए सी, सेम कलर की असी प्योर दी पिंक कलर डाई करवा के प्योर दी बॉटम रेडी की है, सेम ही दुपट्टा वो भी थोड़ा शो कर, जो दुपट्टा रेडी किया सारा ये चनौन के दुपट्टा रेडी किया सेम मिक्स एंड मैच करके असी लेसिस ऐड की दुपट्टे। ठीक है जी, इस तरह हल्कियां फुल्कियां लेसिस साढ़े को बहुत तरह की अवेलेबल होंदिया ने, एक बुटीक रेडी थोड़े पीस बन जाते हैं अलग जे पीस बन जाते हैं, इस तरह के तुम सानू ऑर्डर दे सकते हो। ठीक है जी, नैक्सट भी एक मैं गंगा का ही 550 वाला सूट रेडी किया,
इस तरह के तुम सानू ऑर्डर दे सकते हो। गंगा का स्टाफ ही तुम्हें पता बहुत अच्छा होंगे, इन्हों से असं मेहनत भी कर देंगे क्योंकि स्टाफ यूजेबल होंगे प्रॉपर। ये भी सारा लेसिस मिरर वाली एंड सीक्वेंस वाली लेसिस, प्रॉपर तरीके लेसिस नैक का डिजाइन किया एंड स्लीवस का एंड घेरे में दिती है। दुपट्टा रेडी होने वाला हले, वो भी थोड़ा जरूर शो कराऊंगी मैं, बने रहो इस तरह से वीडियो। ठीक है, ये कुछ हल्के फुलके डिजाइन जो कि मैं वीडियो दिखाए ने, कमेंट करके जरूर दस्यो तुहानू साडे डिजाइन स्टिचिंग लई किस तरह के लगे। अगों तो जिन्हां कोल पार्सल जा रहे हैं वो भी कमेंट करके जरूर दस्या करो तुहानू किद्दां दी स्टिचिंग लगी आ, किद्दां दे डिजाइन लगते आ। थैंक यू सो मच।